ਜੇ ਅਗਲੇ ਨੇ ਨਈ ਡਿਸਕਲੋਜ਼ ਕੀਤਾ ਕੁਛ ਯਾਰ ਤੁਸੀਂ ਕਹਦੇ ਯਾਰ ਹਰ ਦੂਜਾ ਬੰਦਾ ਯਾਰ ਪੋਸਟ ਪਾ ਗਏ ਮਤਲਬ ਆਪਣਾ ਤਾਂ ਵਿਆਮ ਚਲਾਉਣ ਦੇ ਚੱਕਰ ਚ ਕਿ ਮੈਂ ਪਹਿਲਾਂ ਦੱਸਦਾ ਹਨਾ ਬਾਈ ਅਗਲੀ ਆ ਦੀ ਪ੍ਰਾਈਵੇਸੀ ਦੀ ਰਿਸਪੈਕਟ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੇ ਘਰ ਫੇਰ ਦੁਬਾਰਾ ਇੱਕ ਨਵੇਂ ਬੱਚੇ ਦੀਆਂ ਖਿਲਕਾਰੀਆਂ ਸੁਣਨ ਨੂੰ ਮਿਲਣਗੀਆਂ ਮਾਰਚ ਮਹੀਨੇ ਵਿੱਚ ਸਿੱਧੂ ਵੀਰ ਦਾ ਜਿਹੜਾ ਨਵ ਜਨਮ ਨਵਾਂ ਜਨਮ ਪੁਨਰ ਜਨਮ ਹੋਣ ਲੱਗਾ ਤਾਂ ਦੋਸਤੋ ਐਦਾਂ ਦੀਆਂ ਕਾਫੀ ਸਾਰੀਆਂ ਵਾਇਰਲ ਨਿਊਜ਼ ਤੁਸੀਂ ਦੇਖੀਆਂ ਹੋਣੀਆਂ ਬਹੁਤ ਸਾਰੇ ਟੀਵੀ ਚੈਨਲਾਂ ਤੇ ਬਹੁਤ ਸਾਰੇ YouTube ਚੈਨਲਾਂ ਤੇ ਬਹੁਤ ਸਾਰੇ Instagram ਤੇ ਪੋਸਟਾਂ ਵਗੈਰਾ ਦੇਖੀਆਂ ਹੋਣਗੀਆਂ ਇਸੇ ਖਬਰ ਨੂੰ ਲੈ ਕੇ ਬਹੁਤ ਸਾਰੇ ਫੈਨਸ ਖੁਸ਼ ਵੀ ਨੇ ਬਹੁਤ ਸਾਰੀ ਮਦਦ ਦੇਖਣ ਨੂੰ ਮਿਲ ਰਹੀ ਹੈ ਫੈਨਸ ਵਿੱਚ ਕਿ ਆਪਾਂ ਨੂੰ ਮਤਲਬ ਕਿ ਸਿੱਧੂ ਵੀਰ ਦੁਬਾਰਾ ਛੋਟਾ ਸਿੱਧੂ ਦੇ ਰੂਪ ਵਿੱਚ ਮਤਲਬ ਕਿ ਦੇਖਣ ਨੂੰ ਮਿਲੂਗਾ ਦੁਨੀਆ ਤੇ ਤੇ ਕਾਫੀ ਸਾਰੇ ਵੀਰ ਨਾਰਾਜ਼ ਵੀ ਹੋ ਰਹੇ ਨੇ ਇਹਨੂੰ ਲੈ ਕੇ ਕਿ ਭਾਜੀ ਹਜੇ ਤੱਕ ਉਹਨਾਂ ਦੇ ਕਰ ਹਜੇ ਤੱਕ ਕੋਈ ਵੀ ਮਤਲਬ ਕਿ ਪਰਿਵਾਰ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਕਿਤੇ ਵੀ ਸੋਸ਼ਲ ਮੀਡੀਆ ਜਾਂ ਫਿਰ ਕਿਸੇ ਵੀ ਪਲੇਟਫਾਰਮ ਤੇ ਉਹਨਾਂ ਵੱਲੋਂ ਕੋਈ ਵੀ ਇਦਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਾਫੀ ਸਾਰੇ ਵੀਰਾਂ ਦੇ ਮਨ 'ਚ ਨਿਰਾਸ਼ਗੀ ਹੈ ਇਸ ਗੱਲ ਨੂੰ ਲੈ ਕੇ ਇਸ ਖਬਰ ਨੂੰ ਲੈ ਕੇ ਕਿ ਸੋਸ਼ਲ ਮੀਡੀਆ ਵਾਲੇ ਇਦਾਂ ਹੀ ਪੜਕਾਉਂਦੇ ਰਹਿੰਦੇ ਨੇ ਫੇਕ ਖਬਰਾਂ ਫਲਾਉਂਦੇ ਰਹਿੰਦੇ ਨੇ ਕਿਉਂਕਿ ਹਜੇ ਤੱਕ ਜਿੰਨਾ ਟਾਈਮ ਪਰਿਵਾਰ ਵੱਲੋਂ ਕੋਈ ਵੀ ਖਬਰ ਸਾਹਮਣੇ ਨਹੀਂ ਆਉਂਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਕੋਈ ਵੀ ਮੰਨਣ ਲਈ ਤਿਆਰ ਨਹੀਂ ਹੈ ਤਾਂ ਦੋਸਤੋ ਜੋ ਪ੍ਰਾਈਵੇਸੀ ਹੈ ਉਹਨਾਂ ਦੀ ਉਹ ਪ੍ਰਾਈਵੇਸੀ ਰਹਿਣ ਦਿਓ ਕੋਈ ਵੀ ਵੀਡੀਓ ਇਦਾਂ ਦੀ ਨਾ ਬਣਾਓ کافی سارے ਵੀਰ ਫੇਕ ਥੰਬਨੇਲ ਵਗੈਰਾ ਲਾ ਕੇ ਹਸਪੀਟਲ ਚ ਜਿੱਦਾਂ ਚਰਨਕਾ ਔਰ ਮਾਤਾ ਪਏ ਨੇ ਇਦਾਂ ਦੀਆਂ ਕਾਫੀ ਸਾਰੀਆਂ ਫੇਕ ਵੀਡੀਓਜ਼ ਵਗੈਰਾ ਬਣਾ ਰਹੇ ਨੇ ਤਾਂ ਉਹ ਗਲਤ ਹੈ ਇਦਾਂ ਨਾ ਕਰੋ ਤੇ ਦੋਸਤੋ ਆਪਦਾ ਰੀਅਲ ਕੰਟੈਂਟ ਬਣਾਓ ਠੀਕ ਹੈ ਸਿੱਧੂ ਮੂਸੇ ਵਾਲੇ ਦੇ ਇਦਾਂ ਦੀ ਖਬਰ ਆਈ